ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਲਖਵਿੰਦਰ ਸਿੰਘ ਗਿੱਲ। ਅਸੀਂ ਖੜ੍ਹੇ ਹਾਂ ਅਮਲੋਹ ਰੋਡ ਖੰਨਾ ਵਿਖੇ ਪ੍ਰੀਤਮ ਪੰਪ ਦੇ ਕੋਲੇ। ਸੋ ਆਹ ਲੜਕਾ ਆਪਣੇ ਨਾਲ ਆ ਅਤੇ ਇੱਕ ਬਾਈ ਜੀ ਨੇ, ਲੜਕੇ ਦੀ ਮੰਮੀ, ਜਿਹੜੇ ਉਹ ਲੇਡੀਜ਼ ਨੇ ਤੁਸੀਂ ਇਹਨਾਂ ਤਸਵੀਰਾਂ ਵਿੱਚ ਵੀ ਦੇਖਿਆ, ਇਹ ਦੱਸ ਰਹੇ ਨੇ ਕਿ ਕੰਮ 'ਤੇ ਜਾ ਰਹੇ ਸੀ, ਕੋਈ ਫੇਟ ਮਾਰ ਕੇ ਚਲਿਆ ਗਿਆ। ਹੁਣ ਜਿਹੜੀ ਉਹਨਾਂ ਦੀ ਲੱਤ ਆ ਉਹ ਲੱਤ ਵੀ ਟੁੱਟੀ ਹੋਈ ਆ, ਅਤੇ ਉਸ ਤੋਂ ਬਾਅਦ ਬਾਈ ਜੀ ਕਿੱਥੇ ਕਿੱਥੇ ਲੈ ਕੇ ਗਏ ਹੋ ਤੁਸੀਂ? ਅਸੀਂ ਲੁਧਿਆਣੇ ਲੈ ਕੇ ਗਏ ਹਾਂ, ਲੁਧਿਆਣੇ ਤੋਂ ਜਲੰਧਰ ਵੀ ਲੈ ਕੇ, ਫਿਰ ਅਸੀਂ ਖੰਨੀ ਦਿਖਾਈ ਹੈ। ਉਹ ਤੋਂ ਬਾਅਦ ਉਹਨਾਂ ਨੇ ਵੀ ਚਾਰਜ ਕਰਤਾ, ਕੋਈ ਵੀ ਮਤਲਬ ਹੈਲਪ ਨਹੀਂ ਆ ਰਹੀ ਹੈ, ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ। ਸੋ ਦੋਸਤੋ, ਇਹ ਜਲੰਧਰ ਵੀ ਲੈ ਕੇ ਗਏ ਨੇ, ਲੁਧਿਆਣੇ ਵੀ ਲੈ ਕੇ ਗਏ ਨੇ, ਕਾਫੀ ਥਾਵਾਂ 'ਤੇ ਹੋਸਪਿਟਲਾਂ ਦੇ ਵਿੱਚ ਲੈ ਕੇ ਗਏ ਨੇ, ਲੇਕਿਨ ਕਿਤੇ ਵੀ ਸੁਣਵਾਈ ਨਹੀਂ। ਉਹਨਾਂ ਨੂੰ ਡਿਸਚਾਰਜ ਕਰ ਦਿੰਦੇ ਨੇ ਅਤੇ ਉੱਥੋਂ ਡਿਸਚਾਰਜ ਕਰ ਦਿੱਤਾ ਉਹਨਾਂ ਨੂੰ, ਅਤੇ ਹੁਣ ਉਹਨਾਂ ਦੀ ਮਦਦ ਕਰਨ ਲਈ ਕੋਈ ਨਹੀਂ ਹੈਗਾ। ਉਹਨਾਂ ਦੀ ਲੱਤ ਦੇ ਵਿੱਚ ਵੀ ਕੀੜੇ ਪਏ ਵੇ ਨੇ। ਸੋ ਧਾਰਮਿਕ ਸੰਸਥਾਵਾਂ ਨੂੰ, ਲੋਕਾਂ ਨੂੰ ਜਿਹੜੇ ਇਸ ਵੀਡੀਓ ਨੂੰ ਦੇਖਦੇ ਨੇ, ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਜਿੰਨੀ ਕੁ ਤੁਹਾਡੀ ਗੁੰਜਾਇਸ਼ ਆ। ਸੋ ਦੋਸਤੋ, ਕੋਈ ਵੀ ਬੰਦਾ, ਕੋਈ ਵੀ ਧਾਰਮਿਕ ਸੰਸਥਾਵਾਂ ਵਾਲੇ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਹੋਣ ਤਾਂ ਉਹ ਅਮਲੋਹ ਰੋਡ ਖੰਨਾ, ਪ੍ਰੀਤਮ ਕਿਹੜਾ ਪੰਪ ਦੱਸਿਆ ਜੀ, ਪ੍ਰੀਤਮ ਪੰਪ ਦੇ ਕੋਲ ਆ ਸਕਦੇ ਨੇ। ਉਹ ਇੱਥੇ ਨੇੜੇ ਇਹਨਾਂ ਦੀ ਦੁਕਾਨ ਆ ਜਿੱਥੇ ਸਕੂਟਰ ਮੋਟਰਸਾਈਕਲ ਸਮਾਰਦੇ ਨੇ, ਆਪਣਾ ਗੁਜ਼ਾਰਾ ਕਰਦੇ ਨੇ। ਸੋ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਤੁਸੀਂ। 9140-38-58-53 ਜੀ, 9140-38-58-53 ਇਹਨਾਂ ਦਾ ਨੰਬਰ ਹੈ, ਤੁਸੀਂ ਇਸ ਨੰਬਰ 'ਤੇ ਫੋਨ ਵੀ ਕਰ ਸਕਦੇ ਹੋ। ਬਾਕੀ ਅਸੀਂ ਇਹਨਾਂ ਦਾ ਬੈਂਕ ਮੁੰਡਾ ਸਾਡੇ ਕੋਲ ਕੰਮ ਕਰਦਾ ਜੀ, ਪੰਪ 'ਤੇ ਮਲੋਹ ਰੋਡ ਖੰਨਾ ਜੀ, ਅਤੇ ਇਹਦੇ ਕੋਲ ਪੈਸੇ ਨਹੀਂ ਹੈਗੇ ਅਤੇ ਇਲਾਜ ਲਈ ਕੋਈ ਪੈਸਾ ਨਹੀਂ, 2-1.5 ਮਹੀਨੇ ਜਿੰਨਾ ਹੈਗਾ ਜੀ ਉਹ ਅਸੀਂ ਲਾ ਚੁੱਕੇ ਹਾਂ। ਅਤੇ